ਜਿਹੜਾ ਕਿਰਾਏਦਾਰ ਆਏ ਉਹਨੂੰ ਕਹੋ ਜੀ ਇਸ ਘਰ 'ਚ ਆ ਸੇਫ ਹੈ ਜਿੰਨ ਭੂਤ ਨੇ ਤੂੰ ਡਰ ਕੇ ਦੌੜ ਜਾਏਗਾ ਜਿੱਥੇ ਨਵਾਂ ਕਿਰਾਏਦਾਰ ਆਏ ਤੂੰ ਅੰਦਰ ਜਾ ਕੇ ਨਾ ਖਲੋ ਕੇ ਥੋੜ੍ਹਾ ਜਿਹਾ ਨੰਗਾ ਹੋ ਕੇ ਖਲੋ ਜਾਣਾ। ਜੈਨ ਦੀ ਗੱਲ ਹੋ ਰਹੀ ਜੈਨ ਦੀ ਉਹ ਮੁੱਲੇ ਵਾਲੇ ਕਹਿੰਦੇ ਜੈਨ ਬਹੁਤ ਕਾਲਾ ਹੈ ਉਹ ਐਵੇਂ ਹੀ ਗੱਲਾਂ ਬਣੀਆਂ ਕਿ ਜਿੰਨ ਆਏ ਕੱਪੜੇ ਲਾ ਦਿਓ ਦੌੜ ਜਾਂਦਾ। ਅੱਛਾ ਇਧਰੋਂ ਮੈਂ ਕੱਪੜੇ ਲਾਏ ਆ ਇਧਰੋਂ ਹੋਲ ਹੋਣ ਲੱਗ ਪਿਆ ਵਾਅਦਾ ਕਰ ਲਈਏ ਭਰਾਵਾਂ ਤੋਂ ਇਲਾਵਾ ਕੋਈ ਨੀ ਰਹੇਗਾ ਹਲਫ ਦਿਓ ਇੱਕ ਦੂਜੇ ਦਾ ਸਾਡਾ ਯਾਰ ਇੱਥੋਂ ਨੀ ਜਾਏਗਾ ਉਹ ਤੁਹਾਡੀਆਂ ਕੋ ਬਾਹਾਂ ਲਾ ਕੇ ਲੈ ਗਿਆ ਉਹ ਯਾਰ ਇੱਧਰ ਫੜਾ ਇੱਧਰ ਉਹ ਕਿੱਕ ਤੇ ਹੱਥ ਰੱਖਦਾ ਹੀ ਲਓ ਜੀ ਅਸੀਂ ਵਾਅਦਾ ਕਰਨੇ ਆ ਹਾਂਜੀ ਕਰੋ ਅਸੀਂ ਚਾਰ ਯਾਰ ਆ ਅਸੀਂ ਚਾਰ ਯਾਰ ਆ ਚਾਰੋਂ ਇਕੱਠੇ ਰਵਾਂਗੇ ਚਾਰੋਂ ਇਕੱਠੇ ਰਵਾਂਗੇ ਸਾਡੇ ਕੋਈ ਪੰਜਵੀਂ ਤਾਕਤ ਨਹੀਂ ਆਏਗੀ ਸਾਡੇ ਕੋਈ ਪੰਜਵੀਂ ਤਾਕਤ ਨਹੀਂ ਆਏਗੀ ਨਵਾਂ ਕਿਰਾਏਦਾਰ ਆਏਗਾ ਜਿਹੜਾ ਨਵਾਂ ਕਿਰਾਏਦਾਰ ਆਏਗਾ ਰਾਤ ਨੂੰ ਕਾ ਕੇ ਤੋਂ ਕੱਢ ਦੇਵਾਂਗੇ ਔਰ ਉੱਡਰ ਵਾਅਦਾ ਕੱਢ ਦੇਵਾਂਗੇ ਜਦੋਂ ਤੱਕ ਰਵਾਂਗੇ ਅਸੀਂ ਇੱਥੇ ਰਵਾਂਗੇ ਜਦੋਂ ਤੱਕ ਰਵਾਂਗੇ ਅਸੀਂ ਇੱਥੇ ਰਵਾਂਗੇ ਅਸੀਂ ਇਕੱਠੇ ਜੀਵਾਂਗੇ ਅਸੀਂ ਇਕੱਠੇ ਜੀਵਾਂਗੇ ਇਕੱਠੇ ਮਰਾਂਗੇ ਇਕੱਠੇ ਮਰਾਂਗੇ ਨਹੀਂ 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 ਅਸੀਂ ਇਕੱਠੇ ਜੀਵਾਂਗੇ ਤੁਸੀਂ ਤਿੰਨੋਂ ਮਰੋਗੇ ਤੈਨੂੰ ਕੋਈ ਖਾਸ ਕੰਮ ਹੈ ਇੱਥੇ ਮੈਂ ਤੁਹਾਨੂੰ ਗੁਲਾਮਾਬਾਦ ਦਫਨਾਉਣਾ ਵੀ ਆ ਬੇਟਾ ਦਫਨਾਉਣੇ ਤੇ ਦੋ ਹੀ ਪੈਣੇ ਨੇ ਕਿਉਂ ਇਹਨੂੰ ਤਾਂ ਕੋਈ ਆਲਰੇਡੀ ਸਾੜ ਗਿਆ ਚਲੋ ਵੀ ਮੈਂ ਕਿਹਾ ਹੁਣ ਮਾਈ ਵਾਸਤੇ ਨਾ ਮੁਸ਼ਤਰਕਾ ਬਦੁਆ ਮੰਗ ਲਈਏ ਬਦੁਆ ਮੰਗ ਲਈਏ ਯਾ ਅੱਲਾ ਇਸ ਮਾਈ ਨੂੰ ਫੋੜੇ ਕੱਢ ਦੇ ਆਮੀਨ ਯਾ ਅੱਲਾ ਸਾਡੇ ਕੋ ਕਿਰਾਇਆ ਲੈਂਦੀ ਆਮੀਨ ਯਾ ਅੱਲਾ ਸਾਡੇ ਕੋ ਪੈਸੇ ਮੰਗਦੀ ਆਮੀਨ ਯਾ ਅੱਲਾ ਪੈਸੇ ਮੰਗਣ ਜੋਗੀ ਨਾ ਰਵੇ ਆਮੀਨ ਯਾ ਅੱਲਾ ਨੂੰ ਕੈਂਸਰ ਕਰ ਦੇ ਆਮੀਨ ਯਾ ਅੱਲਾ ਯੂਰੇ ਕਿਸਲ ਵੱਜ ਜਾਏ ਆਮੀਨ ਯਾ ਅੱਲਾ ਨੂੰ ਪਿੱਤ ਨਿਕਲ ਆਏ ਆਮੀਨ ਯਾ ਅੱਲਾ ਇਹਨੂੰ ਗਿਲਟੀਆਂ ਬਣ ਜਾਣ ਆਮੀਨ ਯਾ ਅੱਲਾ ਦਾ ਬੀਪੀ ਹਾਈ ਹੋ ਜਾਏ ਆਮੀਨ ਯਾ ਅੱਲਾ ਨੂੰ ਸ਼ੂਗਰ ਹੋ ਜਾਏ ਆਮੀਨ ਯਾ ਅੱਲਾ ਨੂੰ ਬ੍ਰੇਨ ਹੈਮਰੇਜ ਹੋ ਜਾਏ ਆਮੀਨ ਯਾ ਅੱਲਾ ਨੂੰ ਫਾਲਜ ਹੋ ਜਾਏ ਆਮੀਨ ਯਾ ਅੱਲਾ ਸਬਤਾਲ ਲੰਮੀ ਪੈ ਜਾਏ ਆਮੀਨ ਸਾਡੇ ਕੋ ਪੈਸੇ ਮੰਗਦੇ ਆਮੀਨ ਸਾਡੇ ਕੋ ਪੈਸੇ ਨਹੀਂ ਦਿੱਤੇ ਜਾਂਦੇ ਆਮੀਨ ਪੈਸਿਆਂ ਸੇ ਕੰਮ ਕਰਨਾ ਆਮੀਨ ਕੰਮ ਜਵਾਨ ਦੀ ਮੌਤ ਆਮੀਨ ਕੰਮ ਜਵਾਨ ਦੀ ਮੌਤ ਆਮੀਨ ਅਸੀਂ ਕੰਮ ਕਿਸ ਤਰ੍ਹਾਂ ਕਰੀਏ ਆਮੀਨ ਕਿ ਮਾਈ ਮਰ ਜਾਏਗੀ ਆਮੀਨ ਬਿਲਡਿੰਗ ਸਾਡੀ ਹੋ ਜਾਏਗੀ ਆਮੀਨ ਅਸੀਂ ਮੁਫਤ ਰਵਾਂਗੇ ਆਮੀਨ ਚਲੋ ਮਾਈ ਇੰਨੇ ਨਾ ਫਾਸੇ ਆਮੀਨ ਆਮੀਨ ਫੇਰ ਬਚਾ ਲਈ ਕਹਿੰਦੇ ਤਾਂ ਮੇਰੇ ਨਾਲ ਜਣੀਆਂ ਲਓ ਜੀ ਦੁਆ ਵਾਪਸ ਦੇ ਦੇ
امب لے دے بھائی اپ دے والے کیتے ہیں بھائی لڑائی ہو جانی انہاں دی انہاں نو رکشے تے گھر چھڈ او کیلے تے بیٹھا کیلا تے تینوں دیندا چھلڑ تے بیٹھا چھلڑ اینا شکر اپ میرے کو جوڑا چہری دا بچ گیا میں نے سودا کر لینا سی اجین تو آئے کدھر ہو سواج رات نو اپنی بڈی نوں کہندا کنڈی دا او باہر لا کے چل گئی ہاں بلے دے پڑھیا تشو تو دے دو
ਕਰਾਏ حضور اسی کمرہ لین آئے ہیں کرائے تھے جی ہاں جی ساری گل ہو گئی پٹ گل ہو گئی ہاں ایتھے رہنا ہاں جی جناب اوئے ہو بچ گیا اچھا جی اللہ نے ہاتھ دے کے بچا لیا اے اللہ کرم ہو گئی تیرے کوئی ہاتھ دا لیا کام آ گیا اچھا جی اے کرم ہو گیا ہن تیرے تے کرم بچا لیا بڑا سخت سایا پایا نے اس گھر ہاں جی میں آپ ویکھیا میں آپ ویکھیا نہ کرو یار اے بابا بابا بڑے مسئلے ہیں بھائی بڑے مسئلے ہیں ایسے ایسے کام ایتھے ہوندے نے ہاں جی او بابا تو اپے بھانڈے ادھر جا رہے نے اپے ادھر جا رہے نے کدی اس طرح آیا تو سوتے ہو ہاں جی تہاڈی اپے شلوار اتھن لپ پے نہیں ایتھے ہوندا جی کدی انج ہے تسی باتھ روم چ بیٹھے ہو وہ کوئی ہور آتا کہ تن تو آ جائے نہیں ایتھے ہوندا جی اور تسی اٹھن لگو ہاں جی او کبھی نہیں بیٹھے جی ہور تو ہونا ਇੱਥੇ ਹੁੰਦਾ ਜੇ ਤੁਸੀਂ ਆਪਣੀ ਬੇਗਮ ਨੂੰ ਸੱਦੋ ਆਪਣੇ ਬੈੱਡ ਤੇ ਅੱਛਾ ਬਾਅਦ ਚ ਜਦੋਂ ਤੁਸੀਂ ਅੱਖ ਖੋਲੋ ਤੁਹਾਡੀ ਭੈਣ ਲੱਗੇ ਇੰਜ ਕਦੀ ਹੋਇਆ ਉਹ ਗਰੀਸ ਵਾਲੇ ਛਾਪਰ ਹੈ ਇੱਥੇ ਹੁੰਦਾ ਨਹੀਂ ਕਹਿੰਦੇ ਨਹੀਂ ਇਹ ਬੜਾ ਬੜਾ ਤੋਏ ਹੋਏ 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 ਤੋਬਾ ਤੋਬਾ ਕਦੀ ਇੰਜ ਹੋਇਆ ਕਿ ਅੰਨਾ ਆਪਣੇ ਆਪ ਸੁੱਤਾ ਉੱਠੇ ਤੁਹਾਡੇ ਨੂੰ ਨਹੀਂ ਇੱਥੇ ਹੋਣਾ ਜੇ بڑا پارا کر رہے بہت 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 اللہ نے بچا لیا تینوں ہاں جی یار تسی پاسا لے کے لیٹے ہو وہ ہاں جی آواز آندی ہوے ایتھے ہوں با یار چھوٹی نو بلائیے کبھی باتھ روم بیٹھے ہو وہ اے سن باتھ روم بیٹھے ہو تھلے کوئی سگریٹ بجا دے کی کیا تسی کی کیا نہیں کہ تسی باتھ روم بیٹھے ہو تھلے کوئی سگریٹ بجا جائے ہاں جی ایتھے ہوندا جے نہیں یقین ہم چاڑ کے دیکھو انہیں ٹوٹے ڈگن گے ٹوٹے تھوڑے جہ گھٹ کر لو بدل دینا بیٹا باجی نے ساری گل بات کی جی اتنے کرایہ ہاتھی دتا وا جی آپ باجی بھی بھادر جی ہونی ہے